की होएगी, उसी स्ट्रेस से रहोगे, टेंशन च रहोगे, तुहाडी सेहत खराब रहेगी, लोकी तुहानूं पसंद बहुत घट करनगे, नशे ही है बंदा, ते तुहाडी जिहड़ी जिंदगी आ ਉਹ ਖਤਮ ਹੋਣੇ ਵਾਲੇ ਪਾਸੇ ਜਾਏਗੀ, ਤੁਹਾਡੀ ਪੜ੍ਹਾਈ ਖਰਾਬ ਹੋ ਜਾਏਗੀ, ਕੁਛ ਸਾਡਾ ਖਤਮ ਹੋ ਜਾਏਗਾ। ਇਸ ਕਰਕੇ ਆਪਾਂ ਇਸ ਚੀਜ਼ ਨੂੰ ਬਚਾਉਣਾ ਹੈ। ਕਈ ਵਾਰੀ ਕੀ ਹੁੰਦਾ, ਜਿਹੜਾ ਬੱਚਾ ਨਸ਼ਾ ਕਰਦਾ, ਕੁਛ ਸਾਈਨ ਦੱਸੇ ਉਹਨਾਂ ਨੇ, ਉਹਦੀ ਅੱਖਾਂ 'ਚ ਪਾਣੀ ਆਉਂਦਾ, ਆਉਣਾ ਸ਼ੁਰੂ ਹੋ ਜਾਂਦਾ ਜਲਦੀ। ਹੋਰ ਲੋਕਾਂ ਦੇ ਗੱਲਬਾਤ ਕਰਦੇ ਉਹ ਝਿਜਕਦਾ ਹੈ, ਛੇਤੀ ਥਕਾਵਟ ਮਹਿਸੂਸ ਕਰਦਾ ਹੈ, ਓਵਰਆਲ ਨੂੰ ਥੋੜ੍ਹਾ ਕੋਈ ਗੁੱਸਾ ਟਾਈਪ ਸਿਸਟਮ ਰਹਿੰਦਾ। ਇਹ ਬੰਦਾ ਆਪਣੇ ਆਪ ਨੂੰ ਪਛਾਣ ਲਵੇ, ਕਿਸੇ ਦੀ ਉਹ ਐਡੀ ਕੋਈ ਗੱਲ ਨਹੀਂ ਹੋਈ, ਉਹਦਾ ਵੇਟ ਕੱਟਣਾ ਸ਼ੁਰੂ ਹੋ ਜਾਏਗਾ, ਸੂਈਆਂ ਦੇ ਨਿਸ਼ਾਨ ਮਿਲ ਜਾਣਗੇ, ਕਿਤੇ ਨਾ ਕਿਤੇ ਉਹਦੇ 'ਤੇ ਇੱਦਾਂ ਦੀ ਕੁਛ ਚੀਜ਼ਾਂ ਮਿਲਣਗੇ। ਕਰਨਾ ਕੀ ਹੈ ਤੁਸੀਂ, ਕਰਨਾ ਕੀ ਹੈ, ਉਹਨਾਂ ਦੀਆਂ ਹੈਬਿਟ ਆਖਰ 'ਚ ਗੱਲਬਾਤ ਕਰਕੇ ਤੁਸੀਂ ਸਾਰਿਆਂ ਨੇ ਉਹਨਾਂ ਦੀ ਇੱਕ ਹੈਬਿਟ ਚੇਂਜ ਕਰਨੀ ਹੈ, ਆਦਤ ਚੇਂਜ ਕਰਨੀ, ਉਹ ਸਮਝਾਉਣਾ ਹੈ, ਉਹਨੂੰ ਛੇੜਨਾ ਨਹੀਂ, ਸਮਝਾਉਣਾ ਹੈ ਕਿ ਇੱਦਾਂ ਨਹੀਂ, ਇੱਦਾਂ ਕਰਕੇ ਆਹ ਅਸੀਂ ਇੱਦਾਂ ਚੀਜ਼ਾਂ ਪੈਦਾ ਲੈ ਸਕਦੇ ਹਾਂ, ਇੱਦਾਂ ਅਸੀਂ ਆਪਣੀ ਜ਼ਿੰਦਗੀ ਨੂੰ ਇੰਪਰੂਵ ਕਰ ਸਕਦੇ। ਜੇ ਤੁਹਾਡੇ ਕੋਲ ਟੀਚਰ ਕਰਦਾ ਜਾਂ ਪੇਰੈਂਟਸ ਤੁਹਾਨੂੰ ਗੱਲਬਾਤ ਕਰਦੇ, ਉਹਨੂੰ ਡਿਸਓਬੇ ਨਹੀਂ ਕਰਨਾ, ਉਹਨਾਂ ਦੀ ਗੱਲ ਮੰਨਣੀ ਹੈ, ਉਹਨਾਂ ਨੂੰ ਇਹ ਨਹੀਂ ਕਹਿਣਾ ਵੀ ਲੈ ਕੋਈ ਨਹੀਂ ਕਹਿ ਤਾ ਕਰਤਾ, ਨਹੀਂ, ਇਹਦਾ ਤੁਹਾਡੀ ਜਿਹੜੀ ਸਿਹਤ ਵਧੀਆ ਰਹਿ ਜਾਏਗੀ, ਇਹਦਾ ਤੁਹਾਡੀ ਜਿਹੜੀ ਪੜ੍ਹਾਈ ਆ ਅਧਿਕਾ ਅਕੈਡਮਿਕ ਇੰਡੀਕੇਸ਼ਨ, ਇਹਨਾਂ ਤੁਹਾਡੀ ਪੜ੍ਹਾਈ ਵੀ ਇੰਪਰੂਵ ਹੋਣੀ ਸ਼ੁਰੂ ਹੋ ਜਾਏਗੀ, ਤੁਸੀਂ ਅਵਲ ਆਉਣ ਲੱਗ ਪਾਓਗੇ। ਹੁਣ 14 ਪੋਸਟਾਂ ਕਰੀਆਂ ਇੱਕ ਡਿਪਾਰਟਮੈਂਟ ਨੇ, ਕੁਛ ਸਾਡੀ ਇਹ ਆਈਡੀਆ ਅਲੱਗ ਅਲੱਗ ਸਟੂਡੈਂਟ ਮੰਗੇ ਨੇ, ਗੌਰਮੈਂਟ ਡਿਪਾਰਟਮੈਂਟ ਦੇ ਵਿੱਚ ਹੈਗੀ ਹੈ। ਜੇ ਤੁਹਾਡੀ ਫਿਜੀਕਲ ਫਿਟਨੈਸ ਹੈਗੀ, ਪਰ ਉਹ ਟੈਸਟ ਲੈਣ ਨਾਲ ਫਿਜੀਕਲ ਫਿਟਨੈਸ ਵੀ ਚੈੱਕ ਕਰਨੀ, ਜੇ ਤੁਹਾਡਾ ਫਿਜੀਕਲ ਫਿਟਨੈਸ ਲੈਣੀ ਹੈ, ਤੁਹਾਡੀ ਬਹੁਤ ਸਾਰੀਆਂ ਤੁਹਾਨੂੰ ਜੋਬ ਵੀ ਮਿਲ ਸਕਦੀ ਹੈ। 114 ਪੋਸਟਾਂ ਗੌਰਮੈਂਟ ਡਿਪਾਰਟਮੈਂਟ ਦੀਆਂ ਨਿਕਲੀਆਂ ਨੇ, ਕੱਲ੍ਹ ਹੀ ਨਿਕਲੀਆਂ, ਮੈਂ ਆਪਣੇ ਪਲੇਸਮੈਂਟ ਅਫਸਰ ਨੂੰ ਭੇਜਿਆ, ਉਹਨੂੰ ਕੰਟੈਕਟ ਕਰ ਸਕਦੇ, ਸਾਨੂੰ ਕੰਟੈਕਟ ਕਰ ਸਕਦੇ। ਹੁਣ ਜਿਹੜੇ ਨਸ਼ੇ ਕੀ ਕਰਦੇ, ਡਰੱਗਸ ਆਰ ਹਾਰਮਫੁਲ, ਨਸ਼ੇ ਸਾਡੇ ਲਈ ਨੁਕਸਾਨਦੇਹ ਨੇ, ਡਰੱਗਸ ਆਰ ਡੇਂਜਰਸ, ਬਹੁਤ ਖਤਰਨਾਕ ਚੀਜ਼ ਆ, ਹੌਲੀ ਹੌਲੀ ਬੰਦੇ ਨੂੰ ਖਤਮ ਕਰ ਦਿੰਦੀ ਹੈ, ਡਰੱਗਸ ਵਿਲ ਰਿਊਨ ਹੈਲਥ, ਫਿਰ ਹੈਲਥ ਖਰਾਬ ਕਰ ਦੇਗੀ, ਡਰੱਗ ਯੂਜ ਇਸ ਕ੍ਰਿਮੀਨਲ, ਡਰੱਗ ਯੂਜ ਇਸ ਸਿੰਫੁਲ, ਡਰੱਗਸ ਕਿਲ, ਮਤਲਬ ਅਲਟੀਮੇਟਲੀ ਜਿਹੜੀ ਡਰੱਗਸ ਆ ਬੰਦੇ ਨੂੰ ਖਤਮ ਕਰ ਦੇਗੀ। ਬਲੀਫ ਕੀ ਕਰਨਾ ਲਿਖਣਾ, ਬਲੀਫ ਆਪਣੇ ਅੰਦਰ ਕਿਹੜੀ ਚੀਜ਼ ਭਰਨੀ, ਤੁਸੀਂ ਵਿਸ਼ਵਾਸ ਭਰਨਾ, ਆਈ ਵਿਲ ਸੇ ਨੋ, ਜੇ ਤੁਹਾਨੂੰ ਕੋਈ ਕਹਿੰਦਾ ਲਾਲਾ ਸੂਟਾ ਯਾਰ ਲਾਲਾ ਕਰ ਲੈਂਦਾ, ਤੂੰ ਕਹਿ ਯਾਰ ਨਹੀਂ ਮੈਂ ਨਹੀਂ, ਅੱਜ ਜਿੰਨਾ ਹੋ ਗਿਆ, ਅੱਜ ਤੋਂ ਬਾਅਦ ਮੈਂ ਕਦੀ ਨਹੀਂ, ਫਿਰ ਅੰਦਰ ਪਬਲਿਕ ਯਾਰ ਮੈਨੂੰ ਕੰਫੀਡੈਂਸ ਹੈ, ਜਿਹਦੇ ਬਿਨਾਂ ਮੈਂ ਜੀ ਸਕਦਾ, ਮੈਨੂੰ ਜ਼ਰੂਰਤ ਨਹੀਂ ਹੈਗੀ, ਆਈ ਵਿਲ ਅਚੀਵ ਮਾਈ ਗੋਲ, ਮੈਂ ਆਪਣੀ ਜ਼ਿੰਦਗੀ ਕੀ ਕਰਨਾ, ਮੈਂ ਪੜ੍ਹਾਈ ਲਿਖਾਈ ਕਰਨੀ ਹੈ, ਸਿਹਤ ਵਧੀਆ ਰੱਖਣੀ ਹੈ, ਮਾਂ ਬਾਪ ਦੇ ਸੁਪਨੇ ਸਾਕਾਰ ਕਰਨੇ ਨੇ, ਇਹ ਮੇਰਾ ਗੋਲ ਹੈ। ਆਈ ਵਿਲ ਡੂ ਮਾਈ ਸਟੱਡੀ ਵੈਲ, ਆਪਣੀ ਪੜ੍ਹਾਈ ਮੈਂ ਬਹੁਤ ਵਧੀਆ ਕਰਨਾ ਚਾਹੁੰਦਾ ਹਾਂ। ਆਈ ਵਿਲ ਸਟ੍ਰੈਸ ਇਨ ਮਾਈ ਲਾਈਫ, ਮੈਂ ਜ਼ਿੰਦਗੀ ਕਾਮਯਾਬ ਇਨਸਾਨ ਬਣਨਾ ਚਾਹੁੰਦਾ ਹਾਂ। ਆਈ ਵਿਲ ਬਿਕਮ ਹੈਲਦੀ, ਮੈਂ ਸਿਹਤ ਵਧੀਆ ਰੱਖਣਾ ਚਾਹੁੰਦਾ ਹਾਂ। ਆਈ ਵਿਲ ਨੈਵਰ ਯੂਜ਼ ਡਰੱਗਸ, ਨੈਵਰ ਯੂਜ਼ ਡਰੱਗਸ, ਸਾਰੇ ਆਪਣੇ ਕੰਫੀਡੈਂਸ ਕਹੋਗੇ, ਵੀ ਵਿਲ ਨੈਵਰ ਯੂਜ਼। ਫਿਰ ਕੀ ਹੈ, ਉਹ ਪ੍ਰੈਕਟਿਸ ਕੀ ਕਰਨੀ ਹੈ, ਹੁਣ ਜਿਹੜੀ ਅਸੀਂ ਸਪੋਰਟਸ ਕਰਾਉਣ ਜਾ ਰਹੇ ਹਾਂ, ਤੁਹਾਨੂੰ ਪਤਾ ਕੁਛ ਸਾਡੇ ਪਲੇਅਰ ਨੇ, ਆਈ ਵਾਂਟ ਟੂ ਬਿਕਮ ਏ ਨੈਸ਼ਨਲ ਲੈਵਲ ਸਪੋਰਟਸਮੈਨ, ਤੁਹਾਡੇ ਅੰਦਰ ਭਾਵਨਾ ਹੋਵੇ ਪੰਜਾਬ ਲੈਵਲ 'ਤੇ ਖੇਡਣਾ, ਮੈਂ ਨੈਸ਼ਨਲ ਲੈਵਲ 'ਤੇ ਖੇਡਣਾ, ਕਿਤੇ ਖੇਡ ਸਕਦੇ ਹਾਂ ਆਪਾਂ, ਜੇ ਸਾਡੀ ਸਿਹਤ ਵਧੀਆ ਹੋਏਗੀ ਤਾਂ ਹੀ ਖੇਡ ਸਕਦੇ ਆਪਾਂ ਨਾ। ਆਈ ਵਾਂਟ ਟੂ ਬਿਕਮ ਏ ਆਫੀਸਰ ਐਂਡ ਸਰਵ ਮਾਈ ਕੰਟਰੀ, ਮੈਂ ਇੱਕ ਅਫਸਰ ਬਣਨਾ ਚਾਹੁੰਦਾ, ਆਪਣੇ ਦੇਸ਼ ਦੀ ਸੇਵਾ ਕਰਨਾ ਚਾਹੁੰਦਾ ਹਾਂ। ਆਈ ਵਾਂਟ ਟੂ ਐਕਸਲ ਇਨ ਮਾਈ ਸਟੱਡੀ, ਮੈਂ ਆਪਣੇ ਆਪ ਨੂੰ ਪੂਰਾ ਪੜ੍ਹਾਈ 'ਚ ਅੱਗੇ ਲੈ ਕੇ ਜਾਣਾ ਚਾਹੁੰਦਾ ਹਾਂ। ਆਈ ਵਾਂਟ ਟੂ ਮੇਕ ਫਿਟ ਐਂਡ ਹੈਲਦੀ, ਮੈਂ ਆਪਣੇ ਆਪ ਨੂੰ ਫਿਟ ਮਹਿਸੂਸ ਕਰਨ ਡਾਕਟਰ 'ਚ ਅੱਗੇ ਨਹੀਂ ਪੈਣਾ ਚਾਹੁੰਦਾ। ਆਈ ਐਮ ਗੋਇੰਗ ਟੂ ਵਰਕ ਹਾਰਡ ਐਂਡ ਸਕਸੈਸਫੁਲ, ਡਰੱਗ ਵਿਲ ਨੈਵਰ ਸਟੋਪ ਮੀ, ਆਪਣੇ ਆਪ ਨੂੰ ਕੰਫੀਡੈਂਸ ਪੈਦਾ ਕਰ ਲਓ ਕਿ ਜੋ ਮੈਂ ਕੰਮ ਕਰਨ ਜਾ ਰਿਹਾ ਮੈਂ ਕਰਨਾ, ਇਹ ਨਸ਼ਾ ਮੈਨੂੰ ਬਰਬਾਦ ਨਹੀਂ ਕਰ ਸਕਦਾ, ਮੈਂ ਨਸ਼ੇ ਛੱਡ ਕੇ ਪਹਿਲੇ ਹੋ ਜਾਣਾ। ਆਈ ਵਾਂਟ ਟੂ ਬੀ ਗੁੱਡ ਸਨ ਐਂਡ ਡਾਟਰ ਆਫ ਅਵਰ ਪੇਰੈਂਟਸ, ਆਈ ਵਾਂਟ ਟੂ ਮੇ ਆਲ ਦੀ ਸੈਫਟੀ, ਜੇ ਸਿਹਤ ਵਧੀਆ ਹੋਈ ਸੀ ਸਾਰੀ ਖੁਸ਼ ਰਹਿ ਸਕਦੇ। ਆਹ ਇੱਕ ਚਿੱਤਰ ਦਿਖਾਇਆ ਗਿਆ, ਚਾਰਟ ਦਿਖਾਇਆ ਗਿਆ ਹੈ, ਬੰਦਾ ਉਹਨੂੰ ਸਮਝਾ ਰਿਹਾ ਵੀ ਨੈਵਰ, ਵੀ ਮੈਂ ਇਹ ਕਦੀ ਵੀ ਡਰੱਗ ਨਹੀਂ ਲਵਾਂਗਾ। ਹੁਣ ਤੁਸੀਂ ਕਹਿਣਾ ਕਿ ਕਿਸੇ ਜਿਹੜਾ ਨੋ ਉਹ ਪਰਸਨ ਆ, ਨੋ ਇਟ ਇਜ਼ ਨੋਟ ਫਾਰ ਮਾਈ ਡਿਸਕਸ਼ਨ, ਅਗਲਾ ਕਹਿੰਦਾ ਐ ਨਹੀਂ ਐ ਗੱਲ ਆ ਯਾਰ, ਇਹ ਬੜੀ ਤਾਕਤਵਰ ਚੀਜ਼ ਹੈ, ਇਹ ਇੱਦਾਂ ਕਰ ਦਿੰਦੀ ਹੈ, ਇਹਨੂੰ ਬੰਦਾ ਉੱਡਦਾ ਫਿਰਦਾ, ਆਹ ਕਰ ਦੂ ਉਹ ਕਰ ਦੂ, ਹੁੰਦਾ ਕੱਖ ਨਹੀਂ, ਬੰਦਾ ਤੁਸੀਂ ਕਹਿਣਾ ਨੋ ਇਟ ਇਜ਼ ਨੋਟ ਮਾਈ ਡਿਸਕਸ਼ਨ, ਉਹਦੀ ਗੱਲ ਨਹੀਂ ਸੁਣੀ, ਉਹ ਕਹਿੰਦਾ ਜੀ ਮੈਨੂੰ ਨਹੀਂ ਚੱਲਦਾ ਪਤਾ ਕੋਈ ਵੀ, ਤੂੰ ਆਪਣਾ ਕੰਮ ਕਰ, ਮੈਨੂੰ ਆਪਣਾ ਕੰਮ ਕਰਨ ਦੇ। ਉਹਨੂੰ ਕਿਹਾ ਵੀ ਮੈਂ ਤਾਂ ਆਈ ਐਮ ਅਗੇਂਸਟ ਯੂਜ਼ਿੰਗ ਡਰੱਗਸ, ਮੈਂ ਤਾਂ ਕਹਿੰਦਾ ਬਿਲਕੁਲ ਇਹਦੇ ਖਿਲਾਫ਼ ਹਾਂ,
ਨਸ਼ਿਆਂ ਵਾਲੀ ਚੀਜ਼ ਮੇਰੇ ਨਾਲ ਨਾ ਗੱਲ ਕਰ ਲੋ ਆਈ ਨੋ ਆਫ ਪੀਪਲ ਹੂ ਡਾਈਡ ਬਿਕੋਜ਼ ਦੇ ਟੇਕ ਟੇਕ ਡਰੱਗਸ ਕਹਿੰਦਾ ਮੈਂ ਲੋਕਾਂ ਨੇ ਜਾਣਾ ਜਿਹੜੇ ਨਸ਼ੇ ਕਰਦੇ ਅੱਜ ਖਤਮ ਹੋ ਚੁੱਕੇ ਸੰਸਾਰ ਦੇ ਵਿੱਚ ਨਹੀਂ ਹਨ ਇਹ ਗੈਰ ਕਾਨੂੰਨੀ ਹੈ ਇਲੀਗਲ ਗੈਰ ਕਾਨੂੰਨੀ ਹੈ ਮੇਰੀ ਫੈਮਿਲੀ ਮੇਰੀ ਬਹੁਤ ਲੋੜ ਹੈ ਅਗਰ ਹੁਣ ਜਾਣ ਪਤਾ ਟੱਕਰ ਜਾਂਦਾ ਅਗਲਾ ਕਹਿੰਦਾ ਦੇਖੋ ਇਹਦੇ ਕਾਸੇ ਦੂਜਾ ਕੁੱਤਾ ਲਾ ਕਾਸੇ ਦਾ ਕੁੱਤਾ ਲਾ ਬਹੁਤ ਵਧੀਆ ਚੀਜ਼ ਜੀ ਹੈ ਉਹ ਹੈ ਉਹਨੂੰ ਕੀ ਕਹਿਣਾ ਉਹਨੂੰ ਕਹਿਣਾ ਮੇਰੇ ਕੰਨਾਂ ਗੱਲੇ ਨਹੀਂ ਕਰਨੀ ਮੇਰੇ ਕੋਲ ਆਉਣਾ ਹੀ ਨਹੀਂ ਹੈਗਾ ਉਹਦੇ ਕਹਾਂ ਪਰੇ ਹੋ ਜਾਣਗੇ ਤੇਰਾ ਰਸਤਾ ਹੋਰ ਹੈ ਮੇਰਾ ਰਸਤਾ ਹੋਰ ਹੈ ਤੂੰ ਮੇਰੇ ਸਭ ਦੀ ਗੱਲ ਨਹੀਂ ਕਰਨਾ ਆਪਣੇ ਆਪ ਨੂੰ ਕੰਫੀਡੈਂਸ ਪੈਦਾ ਕਰਨਾ ਇਹ ਕੋਈ ਮੰਨ ਲਓ ਜਿਹੜੇ ਮੈਂ 5-6 ਬੱਚੇ ਸਿਲੈਕਟ ਕੀਤੇ ਹੈ ਇਹਨਾਂ ਨੇ ਜਿਹਨਾਂ ਕਿਸੇ ਵੀ ਕਿਸੇ ਨੂੰ ਕੋਈ ਪ੍ਰੋਬਲਮ ਹੈਗੀ ਹੈ ਇਹ ਆਪਣੇ ਟੀਚਰ ਨਾਲ ਸ਼ਰਮਾ ਜੀ ਨਾਲ ਕੰਟੈਕਟ ਕਰਨਗੇ ਤੇ ਫਿਰ ਅਸੀਂ ਆਪਣੇ ਆਪ ਤੇ ਡਿਸਕਸ ਕਰਾਂਗੇ ਇਹ ਵੱਡੀ ਗਰੁੱਪ ਦੇ ਵਿੱਚ ਜੇਕਰ ਕਿਸੇ ਨੂੰ ਕੋਈ ਪ੍ਰੋਬਲਮ ਹੈਗੀ ਵੈਸੇ ਬੱਚੇ ਸਾਰੇ ਬਹੁਤ ਵਧੀਆ ਰਹੇ ਜੇ ਤੁਹਾਡੇ ਕਿਸੇ ਬੱਚੇ ਨੂੰ ਕਿਸੇ ਕਿਸੇ ਲੱਚ ਲੱਗ ਗਈ ਇਸ ਚੀਜ਼ ਦੀ ਉਹਦੇ ਕੀਪ ਕਾਮ ਡੂ ਨੋਟ ਪੈਨਿਕ ਉਹ ਨਾ ਕਹਿ ਪਿਆ ਹਾਇਓ ਹੁਣ ਕਿਆ ਕਰਨਾ ਮੈਂ ਕਿਧਰ ਨੂੰ ਜਾਵਾਂ ਮੈਨੂੰ ਆ ਲੱਗੇ ਸੁਸਤ ਹੈ ਨਸ਼ਾ ਮੈਂ ਕੀ ਕਰਾਂ ਕੀ ਨਾ ਕਰਾਂ ਇੱਧਰ ਨੂੰ ਨਹੀਂ ਚੱਲਣਾ ਆਪਾਂ ਸ਼ਾਂਤੀ ਰੱਖੋ ਕੋਈ ਗੱਲ ਨਹੀਂ ਹਰ ਸਮੱਸਿਆ ਦੇ ਦੁਨੀਆਂ ਵਿੱਚ ਹੱਲ ਹੋ ਜਾਂਦਾ ਆਪਣੀ ਵੱਡੀ ਗਰੁੱਪ ਨਾਲ ਸਾਂਝੀ ਕਰ ਲਓ ਆਪਣੇ ਟੀਚਰ ਨਾਲ ਸਾਂਝੀ ਕਰ ਲਓ ਪੇਰੈਂਟ ਨਾਲ ਸਾਂਝੀ ਕਰ ਲਓ ਤੇ ਤੁਹਾਡੀ ਉਹ ਪ੍ਰੋਬਲਮ ਸੋਲਵ ਹੋ ਜਾਏਗੀ ਜੇ ਤੁਹਾਨੂੰ ਕੋਈ ਬੰਦਾ ਕਹਿੰਦਾ ਹੈ ਕਿ ਯਾਰ ਆਓ ਅੱਗਾ ਕਰੀਏ ਉਹਦੇ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਸੀਨੀਅਰ ਨਾਲ ਆਪਣੇ ਟੀਚਰ ਨਾਲ ਆਪਣੇ ਪੇਰੈਂਟਸ ਨਾਲ ਗੱਲ ਕਰਕੇ ਉਹਦੇ ਬਾਰੇ ਨੂੰ ਫੌਰਨ ਕਰ ਦੇਣਾ ਤੇ ਤੁਹਾਡੇ ਮਾਵਾਂ ਕੋਲ ਸਮਝਾ ਦੇਣਗੇ ਆਹ ਕੋਈ ਬੰਦਾ ਸਪਲਾਈ ਕਰਨ ਆ ਰਿਹਾ ਪਤਾ ਨਹੀਂ ਕੌਣ ਇਸ ਤਰੀਕੇ ਨਾਲ ਵੀ ਸਪਲਾਈ ਹੁੰਦੀ ਦੇਖੀ ਹੈ ਤੁਸੀਂ ਪਰ ਤੁਸੀਂ ਇਹਨਾਂ ਲੋਕਾਂ ਤੋਂ ਬੜਾ ਪਿੱਛੇ ਰਹਿਣਾ ਹੈ ਇਹ ਕੀ ਹੈ ਬੀਵੇਅਰ ਆਫ ਲਾਈਸ ਐਂਡ ਮੈਨੀਪੂਲੇਸ਼ਨ ਤੁਹਾਨੂੰ ਦੱਸਣਗੇ ਇਹ ਚੀਜ਼ ਆ ਹੁੰਦੀ ਹੈ ਤਾਂ ਕਿਆ ਹੁੰਦੀ ਹੈ ਤਾਂ ਹੁੰਦੀ ਤੁਸੀਂ ਉਹਨਾਂ ਤੋਂ ਬੜਾ ਸਾਵਧਾਨ ਰਹਿਣਾ ਉਹ ਕਹਿੰਦਾ ਬੇਟਾ ਕੰਮ ਹੀ ਹਰ ਟਰਾਈ ਦਿਸ ਆਈ ਹੈਵ ਮੈਜਿਕ ਪਿਲ ਫਾਰ ਯੂ ਬੜਾ ਬੰਦਾ ਆਉਂਦਾ ਨਾ ਕਹਿੰਦਾ ਅੱਛਾ ਬੇਟਾ ਗੱਲ ਤਾਂ ਸੁਣ ਇਹ ਜਿਹੜੀ ਗੋਲੀ ਤੈਨੂੰ ਦੇਣ ਲੱਗੇ ਬਹੁਤ ਕੰਮ ਦੀ ਚੀਜ਼ ਹੈ ਇੱਕ ਵਜਾ ਕੇ ਦੇਖੀ ਕਿੱਦਾਂ ਨਜ਼ਾਰਾ ਆਉਂਦਾ ਤੁਸੀਂ ਕਹਿੰਦੇ ਚੱਕਰ ਨਹੀਂ ਫਸਣਾ ਉਹ ਕਹਿੰਦਾ ਤੈਨੂੰ ਐਡੀ ਮੈਨੂੰ ਮੈਂ ਫ੍ਰੀ ਦਿੰਦਾ ਜਦ ਤੈਨੂੰ ਲੱਗ ਜਾਣੀ ਹੈ ਤੁਸੀਂ ਫਿਰ ਕੀ ਕਰਨਾ ਤੁਸੀਂ ਸਾਰੇ ਪੈਸੇ ਕੱਟ ਕੱਟ ਕੇ ਦੇ ਜਾਣੇ ਚੱਕ ਵੀ ਆ ਲੈ ਵੀ ਤੂੰ ਵੀ ਛੱਕ ਵੀ ਤੂੰ ਵੀ ਛੱਕ ਸਾਰਾ ਘਰ ਵੀ ਬਰਬਾਦ ਕਰ ਲਓ ਇਹ ਲੋਕ ਤੈਨੂੰ ਕਿੱਥੇ ਮਿਲ ਸਕਦੇ ਇੱਦਾਂ ਦੇ ਬੰਦੇ ਸਕੂਲ ਗੇਟ ਤੇ ਮਿਲਣਗੇ ਕਾਲਜ ਗੇਟ ਤੇ ਮਿਲਣਗੇ ਬੱਸ ਸਟਾਪ ਤੇ ਮਿਲਣਗੇ ਜਾਂ ਜਿੱਥੇ ਮੁੰਡੇ ਆਮ ਗਰਾਊਂਡ ਗਰਾਊਂਡ ਇਕੱਠੇ ਮਿਲਦੇ ਆਮ ਤੌਰ ਤੇ ਤੁਹਾਨੂੰ ਲੋਕ ਇੱਦਾਂ ਦੇ ਜਿਹੜੇ ਨਾ ਇਹ ਇੱਥੇ ਇੱਦਾਂ ਜਗ੍ਹਾ ਨੂੰ ਇਕੱਠੇ ਕਰਕੇ ਚੀਜ਼ ਆਉਂਦੇ ਨੇ ਪੋਜ਼ਿਟਿਵ ਪ੍ਰੈਕਟਿਸ ਕੀ ਕਰਨੀ ਹੈ ਆਪਣੀ ਸਪੋਰਟਸ ਐਕਟੀਵਿਟੀ ਬਣਾਣੀ ਜੀ ਸ਼ਾਮ ਨੂੰ ਵੀ ਘਰ ਫੁੱਟਬਾਲ ਖੇਡਦੇ ਹੋ ਕ੍ਰਿਕਟ ਖੇਡਦੇ ਜਿਹੜਾ ਕਰਦੇ ਹੋ ਕੋਈ ਨਾ ਕੋਈ ਗਾਰਡਨਿੰਗ ਦੀ ਹੋਬੀ ਰੱਖਣੀ ਕਰ ਜਾ ਕੇ ਤੁਸੀਂ ਆਪਣੇ ਆਪ ਠੀਕ ਹੈ ਕੋਈ ਮਿਊਜ਼ਿਕ ਬਣਾਉਣਾ ਹੈ ਕੋਈ ਆਪਣੇ ਆਪ ਨੂੰ ਕਲਚਰ ਐਕਟੀਵਿਟੀ ਲਈ ਤਿਆਰ ਕਰਦਾ ਕੋਈ ਗੀਤ ਗਾ ਸਕਦਾ ਹੈ ਤੁਹਾਨੂੰ ਦੱਸਿਆ ਕਿ ਹਰ ਮਹੀਨੇ ਕੁਛ ਛੋਟਾ ਮੋਟਾ ਪ੍ਰੋਗਰਾਮ ਕਰਾਵਾਂਗੇ ਜੇ ਕੋਈ ਇੱਦਾਂ ਅਣਜਾਣ ਬੰਦਾ ਤੁਹਾਨੂੰ ਬਾਹਰੋਂ ਕੋਸ਼ਿਸ਼ ਕਰਦਾ ਹੈ ਤੁਸੀਂ ਸਾਡੇ ਨਾਲ ਉਹਨੂੰ ਗੱਲ ਸਾਂਝੀ ਕਰਨੀ ਅਖੀਰ ਤੁਸੀਂ ਜਦੋਂ ਤੁਸੀਂ ਇੱਦਾਂ ਬਣ ਜਾਓਗੇ ਮੁੜ ਕੇ ਫਿਰ ਤੁਸੀਂ ਇੱਕ ਬਹੁਤ ਖੁਸ਼ ਇਨਸਾਨ ਬਣ ਜਾਓਗੇ ਠੀਕ ਹੈ ਤੁਸੀਂ ਮੈਨੂੰ ਵਿਸ਼ਵਾਸ ਦਿਵਾਉਣਾ ਕਿ ਅਸੀਂ ਸਾਰੇ ਇਸ ਕੰਮ ਨੂੰ ਨਹੀਂ ਕਰਾਂਗੇ ਹੱਥ ਖੜੇ ਹੋਰ ਕਰਦਾ ਰਹੇ ਤੇ ਜੇ ਕਰਦਾ ਉਹਨੂੰ ਵੀ ਅਸੀਂ ਠੀਕ ਕਰਨ ਦੀ ਕੋਸ਼ਿਸ਼ ਕਰਾਂਗੇ ਥੈਂਕ ਯੂ ਹਜ਼ੂਰ ਥੈਂਕ ਯੂ ਆਪਣੀ